The same thing is here, when you come into the house of God, you expect God to bless you. ਉਸੇ ਤਰ੍ਹਾਂ ਖੁਦਾਵੰਦ ਦੇ ਘਰ ਦੇ ਵਿੱਚ ਹੈ, ਜਦੋਂ ਵੀ ਅਸੀਂ ਖੁਦਾਵੰਦ ਦੇ ਘਰ ਦੇ ਵਿੱਚ ਆਈਏ ਤਾਂ ਸਾਨੂੰ ਹਮੇਸ਼ਾ ਇੱਕ ਉਮੀਦ ਰੱਖਣੀ ਚਾਹੀਦੀ ਹੈ ਕਿ ਅੱਜ ਅਸੀਂ ਖੁਦਾਵੰਦ ਦੀਆਂ ਬਲੇਸਿੰਗਾਂ ਜੋ ਆਸ਼ੀਸ਼ਾਂ ਆਪਣੇ ਨਾਲ ਲੈ ਕੇ ਜਾਵਾਂਗੇ। Some of you have been close by, some of you from far away. ਤੇ ਛੋਟੇ ਜੋ ਕੁਛ ਲੋਕ ਹੈ ਜਿਹੜੇ ਇੱਥੇ ਨੇੜੇ ਰਹਿੰਦੇ ਆ, ਕੁਛ ਦੂਰੋਂ ਆਏ ਹੈ। God knows everything. ਪਰ ਖੁਦਾਵੰਦ ਹਰ ਇੱਕ ਚੀਜ਼ ਨੂੰ ਜਾਣਦਾ। So receive today the blessing of God. ਅੱਜ ਤੁਸੀਂ ਖੁਦਾਵੰਦ ਦੀਆਂ ਜੋ ਆਸ਼ੀਸ਼ਾਂ ਉਹਨਾਂ ਨੂੰ ਪ੍ਰਾਪਤ ਕਰੋ। ਹਾਲੇਲੂਯਾ। I just want to read one scripture from Genesis 1 verse 26. ਤੇ ਬ੍ਰਦਰ ਇੱਕ ਸਕ੍ਰਿਪਚਰ ਪੜ੍ਹਨਾ ਚਾਹੁੰਦੇ ਆ, ਉਤਪਾਦੀ ਕਿਤਾਬ 1:26. Genesis 1 verse 26. 1:26. Then God said, let us make man in our image, in our likeness. ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਪਰ ਸਾਰੇ ਕਿਸਮ ਵਾਲਿਆਂ ਉੱਤੇ ਰਾਜ ਕਰਨ। ਸੋ ਲੁੱਕ ਐਟ ਦ ਪਰਸਨ ਸਿਟਿੰਗ ਨੈਕਸਟ ਟੂ ਯੂ, ਬਿਕੋਜ਼ ਦੈਟ ਪਰਸਨ ਸਿਟਿੰਗ ਨੈਕਸਟ ਟੂ ਯੂ ਵਾਸ ਕ੍ਰੀਏਟਡ ਇਨ ਦ ਇਮੇਜ ਆਫ ਗੋਡ। ਤੇ ਅੱਜ ਤੁਸੀਂ ਇੱਕ ਚੀਜ਼ ਦੇਖੋ ਕਿ ਤੁਹਾਡੇ ਤੋਂ ਜੋ ਤੁਹਾਡੇ ਅੱਗੇ ਜਾਂ ਤੁਹਾਡੇ ਨਾਲ ਬੈਠਾ ਗਾ, ਇੱਕ ਚੀਜ਼ ਧਿਆਨ ਰੱਖੋ ਕਿ ਉਹ ਖੁਦਾਵੰਦ ਦੇ ਸਵਰੂਪ ਦੇ ਵਿੱਚ ਬਣਾਇਆ ਗਿਆ। Look at the person sitting next to you. That's person. ਉਹਨੂੰ ਦੇਖੋ ਜੋ ਤੁਹਾਡੇ ਤੋਂ ਅੱਗੇ ਬੈਠਾ ਗਾ, ਉਹ ਖੁਦਾਵੰਦ ਦੀ ਸ਼ਕਲ ਦੇ ਵਿੱਚ, ਸਵਰੂਪ ਦੇ ਵਿੱਚ ਬਣਾਇਆ ਗਿਆ। It's not me saying it, it's what God said. ਇਹ ਮੈਂ ਨਹੀਂ ਕਹਿ ਰਿਹਾਗਾ, ਇਹ ਖੁਦਾਵੰਦ ਖੁਦ ਕਹਿ ਰਿਹਾਗਾ। And verse 27, God created man in his own image. In the image of God he created him. ਤੇ ਜੋ ਵਚਨ 27 ਹੈ, ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਸਨੂੰ ਉਤਪਤ ਕੀਤਾ। So I want you to say, I am created in the image of God. ਤਾਂ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਗਾ ਕਿ ਤੁਸੀਂ ਕਹੋ ਆਪਣੇ ਆਪ ਨੂੰ ਕਿ ਮੈਂ ਖੁਦਾਵੰਦ ਦੇ ਸਰੂਪ ਵਿੱਚ ਬਣਾਇਆ ਗਿਆ। So when somebody says something wrong to you, te jadon koi tanu galat kuch kehnda ga, remember that you are created in the image of God. Ta ik cheez hamesha yaad rakho ki tusi khudawand de swaroop vich banaye gaye ho. Amen. Amen. Now I see that a lot of new people here today. Ta main aaj dekh reha ki bahut sare nave lokan nu. It's good to see new people in the house of God. Hallelujah. Eh bahut changa ga ke nave lokan nu khudawand de ghar de vich aunde dekh ke. Because you know something is happening. ਤਾਂ ਕਿਉਂਕਿ ਜਾਣਦੇ ਹਾਂ ਅਸੀਂ ਕਿ ਕੁਛ ਨਾ ਕੁਛ ਹੋਣ ਵਾਲਾ ਹੈਗਾ। I just want to read one more scripture, 1 Peter 2 verse 2. ਤੇ ਮੈਂ ਇੱਕ ਸਕ੍ਰਿਪਚਰ ਹੋਰ ਪੜ੍ਹਨਾ ਚਾਹੁੰਗਾ, 1 Petrus 2:2. Because some of you guys are very new, some of you have been saved 2 months, 3 months, some 1 month. ਤੇ ਤੁਹਾਡੇ ਵਿੱਚੋਂ ਤੁਸੀਂ ਸਾਰੇ ਕਹਿ ਲਓ ਵੀ ਨਵੇਂ ਹੋ, ਤੁਹਾਡੇ ਵਿੱਚੋਂ ਕੁਛ 1 ਮਹੀਨਾ ਪਹਿਲਾਂ ਖੁਦਾਵੰਦ ਵਿੱਚ ਆਇਆ, ਕੁਛ 2 ਮਹੀਨੇ ਪਹਿਲਾਂ, ਕੁਛ 3 ਮਹੀਨੇ ਪਹਿਲਾਂ। Yeah. So now we have young daddy here. He's got a young baby girl. ਤੇ ਇੱਥੇ ਸਾਡੇ ਕੋਲ ਇੱਕ ਪਿਤਾ ਵੀ ਹੈਗੇ ਆ ਜੋ ਇੱਕ ਬਹੁਤ ਸੁੰਦਰ ਗੁੜੀਆ ਦੇ ਪਿਤਾ ਬਣੇ ਆ। So what does he feed his daughter? Does he feed them big pieces of meat? ਤਾਂ ਇੱਥੇ ਕੀ ਹੈ ਕਿ ਉਹ ਆਪਣੀ ਬੇਟੀ ਨੂੰ ਕੀ ਚੀਜ਼ ਖਿਲਾਵੇਗਾ ਹੁਣ? ਕੀ ਉਹ ਵੱਡੇ ਵੱਡੇ ਟੁਕੜੇ ਜੋ ਮਾਸ ਦੇ ਖਿਲਾਵੇਗਾ? What do you think he feeds her? ਕੀ ਸੋਚਦੇ ਹੋ ਕਿ ਉਹ ਕੀ ਦੇਵੇ ਖਾਣ ਲਈ ਆਪਣੀ ਕੁੜੀ ਨੂੰ? ਇਸ ਤਰ੍ਹਾਂ ਵੱਡੀ ਤੇ ਕੀ ਫਿਕਸ ਮੇਰਾ ਹਾਂ ਮਦਰਸ ਮਿਲ ਕੇਮ ਯਾ। ਸੋ ਆਮ ਗੋਇੰ ਟੂ ਰੀਡ ਦ ਸਕ੍ਰਿਪਚਰ ਫॉर ਯੂ, 1 ਪੀਟਰ 2 ਵਰਸ 2। ਇਟ ਸੇਸ ਲਾਈਕ ਨਿਊ ਬੋਰਨ ਬੇਬੀਸ ਕ੍ਰੇਵ ਪਿਓਰ ਸਪਿਰਚੁਅਲ ਮਿਲਕ ਸੋ ਦੈਟ ਯੂ ਮੇ ਗਰੋ ਅਪ ਇਨ ਯੋਰ ਸਲਵੇਸ਼ਨ। ਨਵੇਂ ਜੰਮਿਆ ਹੋਇਆ ਬੱਚਿਆਂ ਵਾਂਗ ਆਤਮਿਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਾਈ, ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ। ਸੋ ਦ ਪੀਪਲ ਦੈਟ ਆਰ ਨਿਊ, ਯੂ ਆਰ ਲਾਈਕ ਨਿਊ ਬੇਬੀਸ। ਤਾਂ ਜੋ ਨਵੇਂ ਲੋਕ ਹੈ ਉਹ ਇੱਕ ਨਵੇਂ ਬੱਚੇ ਦੀ ਤਰ੍ਹਾਂ ਹੈ। ਯੂ ਨੀਡ ਟੂ ਕ੍ਰੀਏਟ ਪਿਓਰ ਸਪਿਰਚੁਅਲ ਮਿਲਕ। ਤਾਂ ਤੁਹਾਨੂੰ ਕੀ ਹੈ, ਤੁਹਾਨੂੰ ਜੋ ਇੱਕ ਸ਼ੁੱਧ ਆਤਮਿਕ ਦੁੱਧ ਦੀ ਜ਼ਰੂਰਤ ਹੈ। ਯੂ ਨੋ ਵੇ ਯੂ ਫਾਈਂਡ ਦੈਟ ਪਿਓਰ ਸਪਿਰਚੁਅਲ ਮਿਲਕ।
ਕੀ ਤੁਸੀਂ ਜਾਣਦੇ ਹੋ ਕਿ ਜੋ ਸ਼ੁੱਧ ਆਤਮਿਕ ਦੁੱਧ ਤੁਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹੋ ਵਿੱਚ ਆਪ ਕੇ ਬਾਈ ਤੋਂ ਤਾਂ ਕਿਹੜੀ ਦੁਕਾਨ ਤੋਂ ਅਸੀਂ ਖਰੀਦ ਸਕਦੇ ਹਾਂ Not from the shop? No. You sure? Yes. Good. It's from here. Yes. It's all in here. Yes. ਇਹ ਸਭ ਕੁਝ ਹੈ ਜੋ ਦੁੱਧ ਹੈ ਉਹ ਖੁਦਾਵੰਦ ਦੇ ਵਚਨ ਦੇ ਵਿੱਚ ਹੈ। So when you fill yourself with pure spiritual milk, you grow into your salvation. ਤੇ ਜਦੋਂ ਤੁਸੀਂ ਕਹਿ ਲਓ ਇਹ ਦੁੱਧ ਦੇ ਨਾਲ ਆਪਣੇ ਆਪ ਨੂੰ ਵਧਾਉਣੇ ਹੋ ਠੀਕ ਹੈ ਤਾਂ ਤੁਸੀਂ ਮੁਕਤੀ ਦੇ ਲਈ ਅੱਗੇ ਵਧਦੇ ਹੋ। It's like a small baby when they try to walk, they take one step at a time. ਤੇ ਇਹ ਉਸੇ ਤਰ੍ਹਾਂ ਦਾ ਜਿਵੇਂ ਇੱਕ ਛੋਟਾ ਬੱਚਾ ਇੱਕ ਕਦਮ ਅੱਗੇ ਵਧਾਉਂਦਾ ਤੁਰਨ ਦੇ ਲਈ ਜਦੋਂ ਤੁਰਨਾ ਸਟਾਰਟ ਕਰਦਾ। Also when you read little, don't try to read too much. ਤੇ ਉਸੇ ਤਰ੍ਹਾਂ ਸਾਡੇ ਲਈ ਹੈ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਸ਼ੁਰੂ ਕਰਦੇ ਹੋ ਤਾਂ ਤੁਸੀਂ ਥੋੜਾ ਪੜ੍ਹੋ ਬਟ ਉਹਨੂੰ ਸਮਝੋ। As you read and read, you start to grow. ਤੇ ਜਿਵੇਂ ਜਿਵੇਂ ਤੁਸੀਂ ਪੜ੍ਹਨਾ ਸਟਾਰਟ ਕਰਦੇ ਹੋਗੇ ਤੁਸੀਂ ਉਵੇਂ ਉਵੇਂ ਅੱਗੇ ਵਧਣਾ ਸਟਾਰਟ ਕਰ ਦਿਓਗੇ। How does this help you as you're eating the drinking this pure spiritual milk? How does it help you to grow? ਤਾਂ ਇਹ ਕਿਵੇਂ ਤੁਹਾਡੀ ਮਦਦ ਕਰਦਾ ਜੋ ਅਸੀਂ ਆਤਮਿਕ ਸਪਿਰਚੁਅਲ ਜਿਹੜਾ ਦੁੱਧ ਅਸੀਂ ਪੀਨੇ ਆ ਇਹ ਤੁਹਾਨੂੰ ਕਿਵੇਂ ਅੱਗੇ ਵਧਣ ਵਿੱਚ ਮਦਦ ਕਰਦਾ ਹੈ? Steps to build your opportunity. ਤੇ ਕਿਉਂਕਿ ਖੁਦਾਵੰਦ ਦਾ ਬਚਨ ਕਹਿ ਰਿਹਾ ਕਿ ਇਹ ਤੁਹਾਨੂੰ ਬਿਲਡ ਕਰੇਗਾ ਵਧਾਵੇਗਾ। Why do you need this spiritual food? ਤੁਹਾਨੂੰ ਕਿਉਂ ਜ਼ਰੂਰਤ ਹੈ ਆਤਮਿਕ ਭੋਜਨ ਦੀ? In your life today, why do you need this? ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਦੀ ਜ਼ਰੂਰਤ ਕਿਉਂ ਹੈ? Why do you need? ਕੀ ਸਮਝਦੇ ਹੋ ਤੁਸੀਂ? I'll read Ephesians chapter 4 verse 12. ਅਫਸੀਆਂ 4 chapter 4 verse 12. ਅਫਸੀਆਂ 4 ਦੀ 12 ਬ੍ਰਦਰ ਪੜ੍ਹਨਗੇ। It says to prepare God's people for works of service so that the body of Christ may be built up. ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ। ਆਮੇਨ। Yeah. So as you read the word and as you put it into your system, yeah, it works, it helps you. ਤੇ ਜਿਵੇਂ ਜਿਵੇਂ ਤੁਸੀਂ ਖੁਦਾਵੰਦ ਦਾ ਵਚਨ ਪੜ੍ਹਦੇ ਹੋ ਠੀਕ ਹੈ ਤੇ ਆਪਣੇ ਅੰਦਰ ਲੈਂਦੇ ਹੋ ਉਹਨੂੰ ਆਪਣੇ ਜੋ ਅੰਦਰੂਨੀ ਸਿਸਟਮ ਹੈ ਉਹਦੇ ਵਿੱਚ ਅਪਲਾਈ ਕਰਦੇ ਹੋ ਠੀਕ ਹੈ ਇਹ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰਦਾ ਹੈ। Why do we need God's people to be prepared for works of service? ਸਾਨੂੰ ਕਿਉਂ ਜ਼ਰੂਰਤ ਹੈ ਜੋ ਖੁਦਾਵੰਦ ਦੇ ਲੋਕ ਹੈ ਠੀਕ ਹੈ ਉਹ ਆਪਣੇ ਆਪ ਨੂੰ ਤਿਆਰ ਕਰਨ ਇੱਕ ਜੋ ਸਰਵਿਸ ਹੁੰਦੀ ਹੈ ਉਹਦੇ ਲਈ? Today we have like okay the worship leader. ਤੇ ਅੱਜ ਲਾ ਲਓ ਕਿ ਸਾਡੇ ਕੋਲ ਵਰਸ਼ਿਪ ਲੀਡਰ ਸੀਗਾ ਜੋ ਸਿੰਗਿੰਗ ਗਾ ਰਿਹਾ ਸੀ। He's helping you into worship. ਤਾਂ ਕਿਉਂਕਿ ਉਹ ਤੁਹਾਨੂੰ ਹੈਲਪ ਕਰ ਰਿਹਾ ਸੀਗਾ ਵਰਸ਼ਿਪ ਦੇ ਵਿੱਚ। And he was Sunny was helping you to understand what I'm saying to you. ਤੇ ਜਿਵੇਂ ਕਿ ਸਨੀ ਤੁਹਾਨੂੰ ਮਦਦ ਕਰ ਰਿਹਾ ਸਮਝਣ ਦੇ ਵਿੱਚ ਕਿ ਮੈਂ ਕੀ ਕਹਿ ਰਿਹਾ ਹਾਂ। So in the church everything has a purpose. ਤੇ place. ਕਲੀਸਿਆ ਦੇ ਵਿੱਚ ਕੋਈ ਵੀ ਕੰਮ ਹੁੰਦਾ ਉਹਦਾ ਹਰ ਇੱਕ ਚੀਜ਼ ਦਾ ਮਤਲਬ ਹੁੰਦਾ ਹਰ ਇੱਕ ਚੀਜ਼ ਦਾ ਮਕਸਦ ਹੁੰਦਾ ਹੈ। So God gives you a specific job to do in church. ਤੇ ਖੁਦਾਵੰਦ ਨੇ ਤੁਹਾਨੂੰ ਹਰ ਇੱਕ ਨੂੰ ਇੱਕ ਇੱਕ ਜੋ ਜੌਬ ਹੈ ਨਾ ਚਰਚ ਦੇ ਵਿੱਚ ਕਰਨ ਲਈ ਦਿੱਤੀ ਹੋਈ ਹੈ। God tells you to stand at the door and help people to come in, greet them, wish them as they come in. ਤੇ ਜਿਵੇਂ ਕਿ ਖੁਦਾਵੰਦ ਨੇ ਤੁਹਾਨੂੰ ਕਿਹਾ ਹੋਵੇ ਕਿ ਤੁਸੀਂ ਉਹ ਦਰਵਾਜ਼ੇ ਤੇ ਖੜਨਾ ਜੋ ਲੋਕ ਆ ਰਹੇ ਉਹਨਾਂ ਦੀ ਮਦਦ ਕਰੋ ਅੰਦਰ ਆਉਣ ਵਿੱਚ ਉਹਨਾਂ ਦਾ ਵੈਲਕਮ ਕਰੋ ਠੀਕ ਹੈ ਉਹਨਾਂ ਦਾ ਸਵਾਗਤ ਕਰੋ। And you have an attitude. ਪਰ ਤੁਹਾਡੇ ਅੰਦਰ ਇੱਕ ਕਮਾਂਡ ਹੈ ਗਵਾਨ ਹੈ ਆਪਣੇ ਆਪ ਚ ਮੈਂ ਕਿਉਂ ਕਰਾਂ? God cannot use you anywhere else. ਤੇ ਖੁਦਾਵੰਦ ਤੁਹਾਨੂੰ ਹੋਰ ਕਿਤੇ ਯੂਜ਼ ਨਹੀਂ ਕਰੇਗਾ। First learn to humble yourself. ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਿੱਖਣਾ ਪੈਣਾ ਕਿ ਆਪਣੇ ਆਪ ਨੂੰ ਨੀਵਾ ਕਿਵੇਂ ਕਰਨਾ ਹੈ। ਉਹ ਕਰੋ ਜੋ ਖੁਦਾਵੰਦ ਨੇ ਤੁਹਾਨੂੰ ਤੁਹਾਡਾ ਬੁਲਾਵਟ ਖੁਦਾਵੰਦ ਨੇ ਕਰਨ ਲਈ ਕੀਤੀ ਹੈ। There was a testimony about a lady in a church, in a big church. ਤੇ ਇੱਕ ਲੇਡੀ ਦੀ ਗਵਾਹੀ ਹੈ ਇੱਕ ਬਹੁਤ ਵੱਡੀ ਚਰਚ ਦੇ ਵਿੱਚ। She was an usher greeting people. ਤੇ ਉਹ ਲੋਕਾਂ ਦਾ ਸਵਾਗਤ ਕਰਦੀ ਸੀਗੀ ਗੇਟ ਦੇ ਉੱਪਰ ਜਦੋਂ ਵੀ ਕੋਈ ਚਰਚ ਚ ਆਉਂਦਾ। Front of the church is where all the people come in. ਤੇ ਉਹ ਚਰਚ ਦੇ ਵਿੱਚ ਕਹ ਲੋ ਅੱਗੇ ਤੋਂ ਸਾਰੇ ਲੋਕ ਆਉਂਦੇ ਸੀਗੇ। But this lady was told to go to the back entrance and stand the back entrance greet people. ਤੇ ਉਹ ਲੇਡੀ ਨੇ ਕੀ ਕੀਤਾ ਉਹਨੇ ਕਿਹਾ ਕਿ ਅੱਗੇ ਨਹੀਂ ਤੁਸੀਂ ਸਭ ਪਿੱਛੇ ਜਾਓ ਉੱਥੋਂ ਜਾ ਕੇ ਲੋਕਾਂ ਦਾ ਸਵਾਗਤ ਕਰੋ ਪਿਛਲੇ ਦਰਵਾਜ਼ੇ ਤੋਂ। Now that though very few people come. ਪਰ ਉਹ ਦਰਵਾਜ਼ੇ ਤੋਂ ਬਹੁਤ
ਘੱਟ ਲੋਕ ਜਿਹੜੇ ਅੰਦਰ ਆਉਂਦੇ ਸੀਗੇ ਸ਼ੀ ਸਟੂਡ ਫੇਥਫੁਲੀ ਪਰਿਸ਼ਿੰਗ ਪੀਪਲ ਪਰ ਉਹ ਬਹੁਤ ਕਹਿ ਲੋ ਵਿਸ਼ਵਾਸ ਦੇ ਨਾਲ ਠੀਕ ਹੈ ਉੱਥੇ ਗਈ ਤੇ ਲੋਕਾਂ ਦਾ ਸਵਾਗਤ ਕਰਦੀ ਵਨ ਓਲਡ ਲੇਡੀ ਵਾਕਸ ਟੂ ਦ ਬੈਕ ਡੋਰ ਤੇ ਇੱਕ ਪਿਛਲੇ ਦਰਵਾਜ਼ੇ ਤੋਂ ਇੱਕ ਬਹੁਤ ਬਜ਼ੁਰਗ ਲੇਡੀ ਆਈ ਸ਼ੀ ਵਾਕਸ ਪਾਸਟ ਸ਼ੀ ਦਿਸ ਯੰਗ ਲੇਡੀ ਵਿਸ਼ਸ ਹਰ ਇੰਜੋਏ ਦ ਸਰਵਿਸ ਐਂਡ ਸ਼ੀ ਵਾਕਸ ਫੋਰਵਰਡ ਤੇ ਉਹ ਕੀ ਸੀਗਾ ਜਦੋਂ ਨੰਗੀ ਉਹਨੇ ਉਹਨੂੰ ਉਹਦਾ ਸਵਾਗਤ ਕੀਤਾ ਵਿਸ਼ ਕੀਤਾ ਠੀਕ ਹੈ ਤੇ ਜਾਓ ਕਹਿੰਦੀ ਵੀ ਅੰਦਰ ਜਾ ਕੇ ਖੁਦਾਵੰਦ ਦੇ ਵਚਨ ਨੂੰ ਸੁਣੋ ਰਿਸੀਵ ਕਰੋ ਦਿਸ ਲੇਡੀ ਵਾਕਸ ਜਸਟ ਅਬਾਊਟ ਟਿਲ ਦੇਅਰ ਐਂਡ ਦੈਨ ਟਰਨਡ ਅਰਾਊਂਡ ਤੇ ਉਹ ਜਿਹੜੀ ਔਰਤ ਸੀਗੀ ਉਹ ਥੋੜੀ ਜਿਹੀ ਅੱਗੇ ਤੱਕ ਗਈ ਤੇ ਉਹ ਇੱਕਦਮ ਮੁੜੀ ਵਾਪਸ ਸ਼ੀ ਕੇਮ ਬੈਕ ਟੂ ਦੀ ਆਸ਼ਾ ਲੇਡੀ ਤਾਂ ਉਹ ਉਸ ਲੇਡੀ ਕੋਲ ਵਾਪਸ ਆਈ ਜਿਹੜੀ ਸਵਾਗਤ ਕਰ ਰਹੀ ਸੀ ਟੂ ਕਾਟ ਹਰ ਰਿੰਗ ਤੇ ਉਹਨੇ ਆਪਣੀ ਮੁੰਦਰੀ ਲਾ ਲਈ ਉਂਗਲ ਦੇ ਵਿੱਚੋਂ ਦਿਸ ਇਜ਼ ਅ ਵੈਰੀ ਐਕਸਪੈਂਸਿਵ ਡਾਇਮੰਡ ਰਿੰਗ ਤੇ ਇਹ ਇੱਕ ਡਾਇਮੰਡ ਰਿੰਗ ਜੋ ਹੀਰੇ ਦੀ ਅੰਗੂਠੀ ਸੀਗੀ ਗੋਡ ਸੈਡ ਟੂ ਹਰ ਗਿਵ ਦੈਟ ਰਿੰਗ ਟੂ ਦੀ ਆਸ਼ਾ ਤੇ ਖੁਦਾਵੰਦ ਨੇ ਜੋ ਲੇਡੀ ਉਥੋਂ ਦੀ ਨੰਗੀ ਸੀਗੀ ਉਹਦੇ ਦਿਲ ਵਿੱਚ ਪਾਇਆ ਕਿ ਵਾਪਸ ਜਾ ਤੇ ਜੋ ਹੀਰੇ ਦੀ ਅੰਗੂਠੀ ਹੈ ਜੋ ਸਵਾਗਤ ਕਰਨ ਵਾਲੀ ਔਰਤ ਹੈ ਉਹ ਜਾ ਕੇ ਦੇ ਦੇ ਵਾਈ ਡਿਡ ਸ਼ੀ ਗੈਟ ਦੈਟ ਰਿੰਗ ਤੇ ਉਹ ਕਿਉਂ ਉਹਨੂੰ ਉਹ ਜਿਹੜੀ ਹੀਰੇ ਦੀ ਅੰਗੂਠੀ ਸੀ ਪ੍ਰਾਪਤ ਹੋਈ ਬਿਕਾਜ਼ ਸ਼ੀ ਸਟੂਡ ਦੇਅਰ ਵਿਦਆਊਟ ਕੰਪਲੇਨਿੰਗ ਸਰਵਿੰਗ ਗੋਡ ਇਨ ਅ ਸਮਾਲ ਬੈਕ ਡੋਰ ਕਿਉਂਕਿ ਉਹਨੇ ਇੱਕ ਫੇਥ ਦੇ ਨਾਲ ਉਹ ਇੱਕ ਸਟੈਪ ਚੱਕਿਆ ਸੀਗਾ ਠੀਕ ਹੈ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜੋ ਉਹਨੂੰ ਕੰਮ ਕਰਨ ਲਈ ਦਿੱਤਾ ਗਿਆ ਸੀ ਉਹ ਬਹੁਤ ਵਿਸ਼ਵਾਸ ਦੇ ਨਾਲ ਵਫਾਦਾਰੀ ਦੇ ਨਾਲ ਪਿਛਲੇ ਦਰਵਾਜ਼ੇ ਤੇ ਜਾ ਕੇ ਖੜ ਗਈ ਸੀ ਤੇ ਲੋਕਾਂ ਦਾ ਸਵਾਗਤ ਕਰ ਰਹੀ ਸੀ ਇਟਸ ਨਾਟ ਇੰਪੋਰਟੈਂਟ ਟੂ ਪਲੀਜ਼ ਪੀਪਲ ਐਂਡ ਪਲੀਜ਼ ਦ ਪਾਸਟਰ ਐਂਡ ਪਲੀਜ਼ ਇਟਸ ਇੰਪੋਰਟੈਂਟ ਟੂ ਪਲੀਜ਼ ਗੋਡ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਲੋਕਾਂ ਨੂੰ ਖੁਸ਼ ਕਰਨਾ ਜਾਂ ਜੋ ਆਲੇ ਦੁਆਲੇ ਸਾਡੇ ਉਹਨਾਂ ਨੂੰ ਖੁਸ਼ ਕਰਨਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜੋ ਵੀ ਕੰਮ ਕਰੀਏ ਚਰਚ ਦੇ ਵਿੱਚ ਅਸੀਂ ਖੁਦਾਵੰਦ ਨੂੰ ਖੁਸ਼ ਕਰੀਏ ਸੋ ਟੁਡੇ ਇਫ ਯੂ ਆਰ ਸਰਵਿੰਗ ਗੋਡ ਇਨ ਐਨੀ ਏਰੀਆ ਤੇ ਜੇ ਤੁਸੀਂ ਅੱਜ ਖੁਦਾਵੰਦ ਨੂੰ ਸਰਵ ਕਰ ਰਹੇ ਹੋ ਆਪਣੇ ਆਪ ਨੂੰ ਠੀਕ ਹੈ ਉਹਦੇ ਅਧੀਨ ਕਿਸੇ ਵੀ ਮਿਨਿਸਟਰੀ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ ਸਰਵ 200% ਤਾਂ ਖੁਦਾ ਨੂੰ ਆਪਣਾ 100% ਦੇ ਕੇ ਉਹਦੇ ਕੰਮਾਂ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰੋ ਗੋਡ ਵਿਲ ਬਲੈਸ ਯੂ ਤੇ ਖੁਦਾਵੰਦ ਤੁਹਾਨੂੰ ਅਸ਼ੀਸ਼ਿਤ ਕਰੇਗਾ ਯੂ ਆਰ ਸਰਵਿੰਗ ਹਿਮ ਕਿਉਂਕਿ ਤੁਸੀਂ ਖੁਦਾਵੰਦ ਨੂੰ ਸਰਵ ਕਰ ਰਹੇ ਹੋ ਮੋਸਟ ਆਫ ਦਾ ਟਾਈਮ ਇਜ਼ ਪ੍ਰਾਈਡ ਤੇ ਜ਼ਿਆਦਾਤਰ ਟਾਈਮ ਕੀ ਹੁੰਦਾ ਕਮਾਂਡ ਆ ਜਾਂਦਾ ਸਟਾਪਸ ਅਸ ਫਰੋਮ ਰਿਸੀਵਿੰਗ ਤੇ ਸਾਨੂੰ ਉਹ ਕਮਾਂਡ ਹੈ ਜਿਹੜਾ ਉਹ ਸਟਾਪ ਕਰ ਦਿੰਦਾ ਖੁਦਾਵੰਦ ਦੀਆਂ ਅਸ਼ੀਸ਼ਾਂ ਨੂੰ ਪੀਪਲ ਵਾਂਟ ਰਿਸੀਵ ਰੱਖੋ ਪੀਪਲ ਵਾਂਟ ਆਲ ਦਾ ਹਾਈ ਬਿਗ ਬਿਗ ਪੋਸਟ ਦੇ ਵਾਂਟ ਟੂ ਬੀ ਇਨ ਦਾ ਫਰੰਟ ਐਂਡ ਦੇ ਸਮ ਬੈਕ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੁੰਦਾ ਕਿਉਂਕਿ ਲੋਕ ਜ਼ਿਆਦਾਤਰ ਜਿਹੜੀਆਂ ਹਾਈ ਪੋਸਟ ਹੁੰਦੀਆਂ ਕਹਿ ਲਓ ਮੈਂ ਅੱਗੇ ਹੋਵਾਂ ਮੈਂ ਆਹ ਜਗ੍ਹਾ 'ਤੇ ਹੋਵਾਂ ਜਾਂ ਆਹ ਜਗ੍ਹਾ 'ਤੇ ਹੋਵਾਂ ਉਹ ਭਾਲਦੇ ਰਹੋ ਇਫ ਯੂ ਡੂ ਅ ਸਪਿਰਚੁਅਲ ਟੈਸਟ ਔਨ ਯੂ ਜੇ ਤੁਸੀਂ ਆਤਮਿਕ ਟੈਸਟ ਆਪਣੇ ਆਪ 'ਤੇ ਕਰਦੇ ਹੋ ਜਸਟ ਪਿਕਚਰ ਯੋਰਸੈਲਫ ਐਂਡ ਥਿੰਕ ਵੇਅਰ ਡੂ ਯੂ ਫਿਟ ਇਨ ਆਲ ਦਿਸ ਤੇ ਤੁਸੀਂ ਉਹ ਇੱਕ ਤਸਵੀਰ ਆਪਣੇ ਦਿਮਾਗ ਵਿੱਚ ਬਣਾਓ ਤੇ ਸੋਚੋ ਕਿ ਤੁਸੀਂ ਅੱਜ ਕਿਸ ਜਗ੍ਹਾ ਦੇ ਉੱਤੇ ਖੜੇ ਹੋ ਜਾਂ ਕਿਸ ਜਗ੍ਹਾ ਤੇ ਫਿੱਟ ਹੋ ਰਹੇ ਹੋ ਡਿਡ ਯੂ ਗੈਟ ਆਫੈਂਡਡ ਇਫ ਸਮਨ ਟੋਲਡ ਯੂ ਟੂ ਡੂ ਸਮਥਿੰਗ ਕਿ ਤੁਸੀਂ ਆਫੈਂਡ ਕਿ ਤੁਸੀਂ ਸਮਝਦੇ ਹੋ ਕੋਈ ਤੁਹਾਡੇ ਤੇ ਕੋਈ ਦੋਸ਼ ਲਾ ਰਿਹਾ ਜੇ ਤੁਹਾਨੂੰ ਕੋਈ ਕੁਝ ਕਰਨ ਦੇ ਲਈ ਕਹਿ ਰਿਹਾ ਹੈਗਾ ਡੂ ਯੂ ਫੀਲ ਆਫੈਂਡਡ ਕਿ ਤੁਸੀਂ ਆਪਣੇ ਆਪ ਨੂੰ ਨਿਰਾਸ਼ ਜਾਂ ਦੋਸ਼ੀ ਸਮਝ ਰਹੇ ਸੇ ਟੂਡੇ ਆਈ ਵਾਸ ਮੈਂਟ ਟੂ ਪ੍ਰੀਚ ਹੇਅਰ ਅੱਜ ਲਾ ਲਓ ਕਿ ਮੈਂ ਅੱਜ ਇੱਥੇ ਆਇਆ ਪ੍ਰਚਾਰ ਕਰਨ ਦੇ ਲਈ ਇਫ ਆਈ ਡਿਸਾਈਡ ਆਈ ਐਮ ਟਾਇਰਡ ਆਈ ਵਾਸ ਸਮਥਿੰਗ ਐਲਸ ਟੂ ਡੂ ਆਮ ਨਾਟ ਕਮਿੰਗ ਤੇ ਜੇ ਮੈਂ ਉੱਥੇ ਡਿਸਾਈਡ ਕਰਨਾ ਕਿ ਅੱਜ ਮੈਂ ਥੱਕਿਆ ਹੋਇਆ ਤੇ ਮੈਂ ਕੁਝ ਹੋਰ ਕਰਨ ਦੇ ਲਈ ਚਲਾ ਜਾਵਾਂ ਮੈਂ ਨਹੀਂ ਆਉਂਦਾ ਜੀ ਸਿਟਿੰਗ ਹੇਅਰ ਵੇਟਿੰਗ ਟੂ ਹੇਅਰ ਦ ਮੈਸੇਜ ਪਰ ਤੁਸੀਂ ਇੱਥੇ ਸਭ ਬੈਠੇ ਹੋ ਤੇ ਵੇਟ ਕਰ ਰਹੇ ਹੋ ਜੋ ਮੈਸੇਜ ਮੈਂ ਤੁਹਾਡੇ ਲਈ ਲੈ ਕੇ ਆਇਆ ਵੀ ਉਹ ਸਾਨੂੰ ਸੁਣਾਉਣ ਸੋ ਇਟ ਹੈਜ਼ ਐਨ ਇਫੈਕਟ ਔਨ ਪੀਪਲ ਤਾਂ ਉਹ ਚੀਜ਼ ਉਹ ਲੋਕਾਂ ਦੇ ਉੱਤੇ ਇਫੈਕਟ ਕਰੇਗੀ ਪ੍ਰਭਾਵ ਪਾਏਗੀ ਇਫ ਯੂ ਆਰ ਕਾਲਡ ਟੂ ਡੂ ਐਨੀਥਿੰਗ ਜੇ ਤੁਹਾਡੀ ਬੁਲਾਹਟ ਕੁਝ ਵੀ ਕਰਨ ਦੇ ਲਈ ਹੈ ਯੋਰ ਰਿਸਪੌਂਸਿਬਿਲਿਟੀ ਤੇ ਤੁਹਾਡਾ ਫਰਜ਼ ਹੈ ਬੀ ਦੇ ਉਹ ਤੁਸੀਂ ਉੱਥੇ ਆਵੋ ਐਂਡ ਟੂ ਡੂ ਇਟ ਤੇ ਤੁਸੀਂ ਉਸ ਨੂੰ ਕਰੋ ਪੂਰਾ ਕਰੋ ਇਫ ਫੋਰ ਵਾਟਐਵਰ ਰੀਜ਼ਨ ਸਮਟਾਈਮਸ ਯੂ ਕੈਨਟ ਮੇਕ ਇਟ ਸਮਥਿੰਗ ਸੇ ਦਾ ਬਸ ਬ੍ਰੋਕ ਡਾਊਨ ਇਨ ਅ ਫਾਰ ਅਵੇ ਤੇ ਕਈ ਵਾਰ ਕੁਛ ਨਾ ਕੁਛ ਹਾਲਾਤ ਆ ਜਾਂਦੇ ਆ ਕਿ ਤੁਹਾਡੀ ਬੱਸ ਖਰਾਬ ਹੋ ਜਾਏ ਜ਼ਿਆਦਾ ਦੂਰ ਕਿਤੇ ਪਿਕ ਅਪ ਯੂਰ ਫੋਨ ਰਿੰਗ ਅ ਪਰਸਨ ਇਨ ਚਾਰਜ ਸੇ ਸੌਰੀ ਆਮ ਅ ਬਿਟ ਲੇਟ ਆਈ ਕੈਨਟ ਮੇਕ ਇਟ ਆਮ ਔਨ ਮਾਈ ਵੇ ਤਾਂ ਉਸ ਟਾਈਮ ਤੁਹਾਡਾ ਫਰਜ਼ ਹੋਵੇਗਾ ਕਿ ਤੁਸੀਂ ਆਪਣੇ ਫੋਨ ਨੂੰ ਚੱਕੋ ਤੇ ਉਸ ਪਰਸਨ ਜੋ ਤੁਹਾਡਾ ਇੰਚਾਰਜ ਹੈ ਤੁਹਾਡੀ ਡਿਊਟੀ ਦਾ ਉਸ ਨੂੰ ਕਾਲ ਕਰੋ ਤੇ ਉਸ ਨੂੰ ਦੱਸੋ
ਕਿ ਮੇਰੀ ਆ ਪ੍ਰੋਬਲਮ ਆਈ ਹੈ ਤੇ ਮੈਂ ਥੋੜਾ ਬਹੁਤ ਲੇਟ ਹੋ ਜਾਵਾਂਗਾ ਬਿਕਾਜ਼ ਦਿਸ ਇਜ਼ ਗੋਡਸ ਵਰਕ ਕਿਉਂਕਿ ਇਹ ਕੋਈ ਕਿਸੇ ਦੇ ਲਈ ਕੰਮ ਨਹੀਂ ਹੈ ਖੁਦਾ ਦਾ ਕੰਮ ਹੈ ਵੈਨ ਆਈ ਲੁੱਕ ਐਟ ਦ ਵਰਕ ਆਫ ਦ ਲਾਰਡ ਆਈ ਟੇਕ ਇਟ ਵੈਰੀ ਸੀਰੀਅਸ ਤੇ ਜਦੋਂ ਮੈਂ ਬ੍ਰਦਰ ਦੱਸ ਰਿਹਾ ਕਿ ਜਦੋਂ ਵੀ ਮੈਂ ਖੁਦਾ ਦਾ ਕੋਈ ਵੀ ਕੰਮ ਕਰਦਾ ਤਾਂ ਮੈਂ ਉਸਨੂੰ ਬਹੁਤ ਸੀਰੀਅਸ ਹੋ ਕੇ ਕਰਦਾ ਹਾਂ ਜਸ ਵਨ ਡੇ ਕਿਉਂਕਿ ਇੱਕ ਦਿਨ ਐਵਰੀ ਵਨ ਆਫ ਅਸ ਹਰ ਇੱਕ ਜੋ ਵੀ ਅਸੀਂ ਹੈ ਵਿਲ ਸਟੈਂਡ ਬਿਫੋਰ ਗੋਡ ਤੇ ਅਸੀਂ ਖੁਦਾਵੰਦ ਦੇ ਅੱਗੇ ਖੜਨਾਗਾ ਐਂਡ ਯੂ ਵਿਲ ਹੈਵ ਟੂ ਗਿਵ ਤੇ ਤੁਹਾਨੂੰ ਦੇਣਾ ਪੈਣਾਗਾ ਹਰ ਇੱਕ ਸਵਾਲ ਦਾ ਉੱਤਰ ਯੂ ਹੈਵ ਐਨ ਆਨਸਰ ਕਿ ਤੁਹਾਡੇ ਕੋਲ ਉਹ ਹਰ ਇੱਕ ਸਵਾਲ ਜੋ ਖੁਦਾਵੰਦ ਪੁੱਛੇਗਾ ਉਹਦਾ ਉੱਤਰ ਹੈ ਕੀ ਤੁਸੀਂ ਸੋਚਦੇ ਹੋ ਕਿ ਖੁਦਾਵੰਦ ਤੁਹਾਡੇ ਜੋ ਐਕਸਕਿਊਜ਼ ਹੁੰਦੇ ਆ ਅਸੀਂ ਮੰਨ ਲਓ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਹਾਂ ਮੈਨੂੰ ਆਹ ਹੋ ਗਿਆ ਉਹ ਐਕਸਕਿਊਜ਼ ਹੁੰਦੇ ਆ ਉਹ ਸੁਣੂਗਾ God is a good God. God is a good God. He is a loving God. ਖੁਦਾਵੰਦ ਹੈ ਜੋ ਇੱਕ ਬਹੁਤ ਪਿਆਰਾ ਖੁਦਾ ਉਹ ਪਿਆਰ ਕਰਨ ਵਾਲਾ ਤੇ ਬਹੁਤ ਵਧੀਆ ਖੁਦਾ ਹੈ But on that day ਪਰ ਉਸ ਦਿਨ He is coming as a judge. ਤੇ ਉਹ ਉਸ ਦਿਨ ਆ ਰਿਹਾ ਇੱਕ ਜੱਜ ਦੀ ਤਰ੍ਹਾਂ What does a judge do? ਜੱਜ ਕੀ ਕਰਦਾ ਹੈ? You cannot cry. If you cry in the court, you think the judge is going to let you off? ਜੱਜ ਦੇ ਸਾਹਮਣੇ ਜੇ ਤੁਸੀਂ ਰੋਵੋਗੇ ਕਿ ਤੁਹਾਨੂੰ ਜੱਜ ਕਹਿ ਲਓ ਕੋਰਟ ਦੇ ਵਿੱਚ ਜਾਣ ਦੇਵੇਗਾ ਤੁਹਾਨੂੰ ਮਾਫ਼ ਕਰ ਦੇਵੇਗਾ So do not ਕਦੇ ਨਹੀਂ ਕਰੇਗਾ Do not be deceived that you think that when you stand on the last day before God that you may cry, you may bring 10 advocates, nothing is going to work ਤਾਂ ਤੁਸੀਂ ਉਹ ਚੀਜ਼ ਨੂੰ ਸੋਚੋ ਨਾ ਕਿ ਜੇ ਤੁਸੀਂ ਖੁਦਾਵੰਦ ਦੇ ਸਾਹਮਣੇ ਖੜ ਕੇ ਤੁਸੀਂ ਕੋਈ ਕਾਰਨ ਦੇ ਦਿਓਗੇ ਕੋਈ ਬਹਾਨਾ ਦੇ ਦਿਓਗੇ ਜਾਂ ਖੁਦਾਵੰਦ ਦੇ ਅੱਗੇ ਰੋਣਾ ਸਟਾਰਟ ਕਰ ਦਿਓਗੇ ਕੋਈ ਤੁਹਾਨੂੰ ਨਹੀਂ ਸੁਣੇਗਾ The day of the Lord is coming soon. ਤਾਂ ਜੋ ਖੁਦਾਵੰਦ ਦਾ ਦਿਨ ਹੈ ਉਹ ਬਹੁਤ ਜਲਦ ਆ ਰਿਹਾ ਹੈ It could be next minute. ਤੇ ਇਹ ਹੋ ਸਕਦਾ ਅਗਲੇ 1 ਮਿੰਟ ਦੇ ਵਿੱਚ ਆ ਜਾਵੇ Nobody knows. ਕੋਈ ਨਹੀਂ ਜਾਣਦਾ ਹੈਗਾ Are you ready? ਕੀ ਤੁਸੀਂ ਤਿਆਰ ਹੋ? Are you ready? Yes. ਕੀ ਤੁਸੀਂ ਤਿਆਰ ਹੋ? I hesitate to answer that question. ਤੇ ਮੈਂ ਘਬਰਾਉਣਾਗਾ ਉਹ ਪ੍ਰਸ਼ਨ ਦਾ ਉੱਤਰ ਦੇਣ ਤੋਂ. You are confident is good. ਜੇ ਤੁਸੀਂ ਆਪਣੇ ਆਪ ਦੇ ਵਿੱਚ ਕੰਫੀਡੈਂਟ ਹੋ ਤਾਂ ਤੂੰ ਬਹੁਤ ਵਧੀਆਗਾ. Because when I think about it I think oh my gosh did I do everything right or did I miss something? ਤੇ ਜਦੋਂ ਵੀ ਮੈਂ ਇਸ ਚੀਜ਼ ਬਾਰੇ ਸੋਚਦਾ ਉਸ ਦਿਨ ਬਾਰੇ ਸੋਚਦਾ ਤਾਂ ਮੈਂ ਆਪਣੇ ਆਪ ਨੂੰ ਇੱਕ ਸਵਾਲ ਪੁੱਛਦਾ ਕਿ ਮੈਂ ਹਰ ਇੱਕ ਚੀਜ਼ ਸਹੀ ਕੀਤੀ ਹੈ ਜਾਂ ਮੈਂ ਕੁਝ ਪਿੱਛੇ ਛੱਡ ਗਿਆ ਜਾਂ ਕੁਝ ਗਲਤ ਕੀਤਾ ਹੈ Because he knows everything. ਕਿਉਂਕਿ ਉਹ ਹਰ ਇੱਕ ਚੀਜ਼ ਜਾਣਦਾ ਹੈ So the time if you did not know about it is time to get serious. ਤੇ ਜੇ ਤੁਸੀਂ ਉਸ ਸਮੇਂ ਨੂੰ ਨਹੀਂ ਜਾਣਦੇ ਤਾਂ ਇਹ ਸਮਾਂਗਾ ਕਿ ਥੋੜਾ ਸੀਰੀਅਸ ਹੋ ਜਾਵੋ You cannot say to God I didn't know. ਤੁਸੀਂ ਖੁਦਾਵੰਦ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਜਾਣਦਾ ਨਹੀਂ ਸੀ Actually everyone who is sitting here ਤੇ ਸਪੈਸ਼ਲ ਹੈ ਉਹਨਾਂ ਲੋਕਾਂ ਦੇ ਲਈ ਜੋ ਅੱਜ ਇਸ ਸਮੇਂ ਸੁਣ ਰਹੇ ਆ ਜਾਂ ਇੱਥੇ ਬੈਠੇ ਆ I just told you ਕਿਉਂਕਿ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਹੈ ਉਸ ਚੀਜ਼ ਬਾਰੇ So it is not something to frighten you but it is something for you to start to be aware ਤਾਂ ਇਹ ਤੁਹਾਨੂੰ ਕੋਈ ਚੀਜ਼ ਡਰਾਉਣ ਦੇ ਲਈ ਨਹੀਂ ਹੈ ਪਰ ਤੁਹਾਨੂੰ ਇਹ ਚੀਜ਼ ਦੱਸੀ ਗਈ ਹੈ ਕਿ ਤੁਸੀਂ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਥੋੜਾ ਸੀਰੀਅਸ ਲੈ ਸਕੋ whatever we do ਕਿ ਅਸੀਂ ਜੋ ਵੀ ਆਪਣੀ ਜ਼ਿੰਦਗੀ ਵਿੱਚ ਕਰੀਏ is of a serious nature ਤੇ ਇੱਕ ਸੀਰੀਅਸ ਸੁਭਾਅ ਦੇ ਨਾਲ nobody can answer for you ਕੋਈ ਵੀ ਜਣਾ ਉਸ ਸਮੇਂ ਤੁਹਾਡੇ ਲਈ ਉੱਤਰ ਨਹੀਂ ਦੇ ਪਾਵੇਗਾ what is your if I ask you what is your first preference ਜੇ ਮੈਂ ਤੁਹਾਨੂੰ ਪੁੱਛਾਂ ਤਾਂ ਤੁਹਾਡੀ ਪਹਿਲੀ ਪਹਿਲ ਕੀ ਹੈ ਕਿਹੜੀ ਚੀਜ਼ ਨੂੰ ਦਿੰਦੇ ਹੋ Today, at this time, your first preference, every one of you, was to be here. ਤਾਂ ਅੱਜ ਇਸ ਸਮੇਂ ਜੋ ਤੁਹਾਡੀ ਸਭ ਤੋਂ ਪਹਿਲੀ ਪਹਿਲ ਹੈ ਉਹ ਇਸ ਸਮੇਂ ਨੂੰ ਹੋਵੋ ਸਮੇਂ ਨੂੰ ਹੋਵੇ ਕਿ ਤੁਸੀਂ ਸਹੀ ਸਮੇਂ ਦੇ ਉੱਤੇ ਇਸ ਜਗ੍ਹਾ ਤੇ ਮੌਜੂਦ ਹੋ That's why you are here. ਤਾਂ ਤਾਂ ਕਰਕੇ ਤੁਸੀਂ ਇੱਥੇ ਹੋ Some people said they were coming. ਤੇ ਕੁਝ ਲੋਕ ਕਹਿੰਦੇ ਆ ਅਸੀਂ ਆ ਰਹੇ ਹਾਂ And they have not come. ਤੇ ਉਹ ਆਉਂਦੇ ਨਹੀਂ ਹੈ So their preference is something else. ਕਿਉਂਕਿ ਉਹ ਕਿਸੇ ਹੋਰ ਚੀਜ਼ ਨੂੰ ਪਹਿਲ ਦੇ ਰਹੇ ਹੈ ਵੀ ਵਾਂਟ ਟੂ ਹੀਅਰ ਗੋਡ ਟਾਕ ਤੇ ਕਿਉਂਕਿ ਅਸੀਂ ਸੁਣਨਾ ਚਾਹੁੰਦੇ ਹਾਂ ਖੁਦਾਵੰਦ ਦੀਆਂ ਗੱਲਾਂ ਨੂੰ ਕਿ ਖੁਦਾਵੰਦ ਸਾਡੇ ਨਾਲ ਗੱਲ ਕਰੇ ਤੁਹਾਡੇ ਜੋ ਕੌਣ ਚਾਹੁੰਦਾ ਕਿ ਖੁਦਾਵੰਦ ਨੂੰ ਸੁਣਨਾ ਹਾਊ ਡਸ ਗੋਡ ਟਾਕ ਖੁਦਾ ਕਿਵੇਂ ਗੱਲ ਕਰਦਾ ਸਾਡੇ ਨਾਲ ਹਾਊ ਡਸ ਹੀ ਟਾਕ ਕਿਵੇਂ ਗੱਲ ਕਰਦਾ ਖੁਦਾ ਸਾਡੇ ਨਾਲ ਵਚਨ ਨਾਲ ਗੋਡ ਬਾਈ ਦ ਵਰਡ ਆਫ ਗੋਡ
So sometimes there could be three people in church. ਕਈ ਵਾਰੀ ਕੀ ਹੁੰਦਾ ਕਿ ਇਵਨ ਕਿ ਤਿੰਨ ਲੋਕ ਹੀ ਚਰਚ ਦੇ ਵਿੱਚ ਹੋਣ ਪਰ ਖੁਦਾਵੰਦ ਉਸ ਸਮੇਂ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ। So don't be carried away with big crowd. ਤਾਂ ਇੱਕ ਚੀਜ਼ ਨੂੰ ਆਪਣੇ ਦਿਮਾਗ ਵਿੱਚ ਇਹ ਸੋਚ ਰੱਖ ਕੇ ਨਾ ਚੱਲੋਗੇ ਜੇ ਜ਼ਿਆਦਾ ਲੋਕ ਹੋਣਗੇ ਤਾਂ ਖੁਦਾਵੰਦ ਉੱਥੇ ਹੋਵੇਗਾ। And I believe today, even if you pray for what you need today, ਤੇ ਮੈਂ ਅੱਜ ਵਿਸ਼ਵਾਸ ਕਰਦਾ ਕਿ ਜੇ ਤੁਸੀਂ ਆਪਣੇ ਆਪ ਦੇ ਵਿੱਚ ਪ੍ਰਾਰਥਨਾ ਕਰੋਗੇ ਜੋ ਚੀਜ਼ ਤੁਹਾਨੂੰ ਚਾਹੀਦੀ ਉਸ ਦੇ ਲਈ ਤੇ ਖੁਦਾਵੰਦ ਅੱਜ ਤੁਹਾਨੂੰ ਉਸ ਚੀਜ਼ ਦੇ ਲਈ ਉੱਤਰ ਜ਼ਰੂਰ ਦੇਵੇਗਾ। ਕਿਉਂਕਿ ਤੁਸੀਂ ਉਸ ਚੀਜ਼ ਦੇ ਲਈ ਉਸ ਚੀਜ਼ ਨੂੰ ਸੁਣਨ ਦੇ ਲਈ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਸ ਜਗ੍ਹਾ ਤੇ ਆਏ ਹੋ ਤੇ ਖੁਦਾਵੰਦ ਉਸ ਚੀਜ਼ ਦਾ ਤੁਹਾਨੂੰ ਜ਼ਰੂਰ ਉੱਤਰ ਦੇਵੇਗਾ। ਕਿਉਂਕਿ ਖੁਦਾਵੰਦ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਦੇਖਦਾ ਜੋ ਅਸੀਂ ਟਾਈਮ ਖੁਦਾਵੰਦ ਦੇ ਲਈ ਕੱਢ ਕੇ ਆਪਣੇ ਕੰਮਾਂ ਦੇ ਕੰਮਾਂ ਘਰਾਂ ਨੂੰ ਛੱਡ ਕੇ ਇੱਥੇ ਆਉਂਦੇ ਹਾਂ। In Matthew 10:32 it says, whoever acknowledges me, whoever acknowledges me before men, I will acknowledge him before my Father. Whoever disowns me before men, I will disown him before my Father. जो कोई मनुष्य के सामने मुझे मान लेगा उसे मैं भी अपने स्वर्गीय पिता के सामने मान लूंगा। So when you come here to honor him, ते जदो तुसी इथे आउणे हो खुदा दी खुदावंद दी आज्ञा करी करो। What do you think God does for you? ते की तुसी सोचने हो खुदावंद तुहाडे लई की करेगा? Today if I ask you how strong, how hot are you for God? ਜੇ ਮੈਂ ਤੁਹਾਨੂੰ ਅੱਜ ਪੁੱਛਾਂ ਕਿ ਤੁਸੀਂ ਖੁਦਾਵੰਦ ਦੇ ਲਈ ਕਿੰਨੇ ਮਜ਼ਬੂਤ ਹੋ, ਕਿੰਨੇ ਭੁੱਖੇ ਹੋ, ਕਿੰਨੇ ਤਕੜੇ ਹੋ? Are you hot for God? ਕਿ ਤੁਸੀਂ ਇੱਕ ਕਮਰਾ ਗਰਮਾਹਟ ਦੇ ਵਿੱਚ ਹੋ ਖੁਦਾਵੰਦ ਦੇ ਲਈ? Yes. ਕਿਉਂਕਿ ਗਰਮਾਹਟ ਦੇ ਵਿੱਚ ਉਹ ਬੰਦਾ ਹੁੰਦਾ ਜਿਹੜਾ ਉਹ ਚੀਜ਼ ਨੂੰ ਪਾਉਣ ਦੇ ਪਿੱਛੇ ਹੋਵੇ। Yes. ਜੋਸ਼ ਦੇ ਵਿੱਚ। In the book of Revelations, ਪ੍ਰਕਾਸ਼ ਦੀ ਪੋਥੀ ਦੇ ਵਿੱਚ chapter 3 verse 14 ਤੇ 3:14 ਦੇ ਵਿੱਚ ਲਿਖਿਆ ਹੋਇਆ it says these are the words of the Amen, the faithful and true witness, the ruler of God's creation. I know your deeds, that you are neither cold nor hot. I wish you were neither one of the other. So because you are lukewarm, neither hot nor cold, I am about to spit you out of my mouth. ਲਾਉਦੀਕੀਆ ਦੇ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਜਿਹੜਾ ਆਮੀਨ ਹੈ, ਜਿਹੜਾ ਵਫਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ੁਰ ਦੀ ਸ੍ਰਿਸ਼ਟ ਦਾ ਮੁੱਢ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਭਾਈ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ। ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ, ਸੋ ਤੂੰ ਸੀਲ ਗਰਮ ਜੋ ਹੈ, ਨਾ ਤੱਤਾ ਨਾ ਠੰਡਾ। ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। Lord says if you are lukewarm, he will spit you out. ਤੇ ਖੁਦਾਵੰਦ ਕਹਿ ਰਿਹਾ ਕਿ ਜੇ ਤੁਸੀਂ ਖੁਦਾਵੰਦ ਦੇ ਲਈ ਗਰਮ ਹੋ, ਠੀਕ ਹੈ, ਉਤਸ਼ਾਹ ਦੇ ਵਿੱਚੋਂ, ਠੀਕ ਹੈ, ਉਹ ਕਹਿੰਦਾ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। What do you want to be, hot, cold, lukewarm? ਕੀ ਤੁਸੀਂ ਕੀ ਚੀਜ਼ ਚਾਹੁੰਦੇ ਹੋ? ਤੁਸੀਂ ਲੁੱਕ ਗਰਮ ਚਾਹੁੰਦੇ ਹੋ, ਠੰਡਾ ਚਾਹੁੰਦੇ ਹੋ, ਤੇ ਜਾਂ ਫੀਲ ਲੁਕਵਾਰਮ ਲਾਈਕ ਫੀਲ ਓਨਲੀ, ਜਾਂ ਤੁਸੀਂ ਦਿਖਾਵੇ ਲਈ ਦਿਖਾਵੇ ਦੀ ਗਰਮੀ ਚਾਹੁੰਦੇ ਹੋ? Today in church we have a lot of Christians that are part-timers. ਅੱਜ ਦੇ ਸਮੇਂ ਦੇ ਵਿੱਚ ਚਰਚਾਂ ਦੇ ਵਿੱਚ ਬਹੁਤ ਸਾਰੇ ਕ੍ਰਿਸਚਨ ਹੈਗੇ ਜੋ ਇੱਕ ਪਾਰਟ-ਟਾਈਮ ਕ੍ਰਿਸਚਨ ਹੈਗੇ। They're not full-time, they're part-time. ਉਹ ਫੁੱਲ-ਟਾਈਮ ਨਹੀਂ ਹੈਗੇ, ਉਹ ਇੱਕ ਪਾਰਟ-ਟਾਈਮ ਕ੍ਰਿਸਚਨ ਹੈਗੇ। They come when they have to come, they go when they have to go. ਤੇ ਕਿਉਂਕਿ ਉਹ ਇਸ ਤਰ੍ਹਾਂ ਕਿ ਉਹ ਜਦੋਂ ਵੀ ਇਹਨਾਂ ਦਾ ਦਿਲ ਕਰਦਾ ਉਹ ਚਰਚ ਆਉਂਦੇ, ਜਦੋਂ ਵੀ ਦਿਲ ਕਰਦਾ ਉਹਨਾਂ ਦਾ ਚਲੇ ਜਾਂਦੇ ਆ। Because they're not serious about it. ਕਿਉਂਕਿ ਉਹ ਖੁਦਾਵੰਦ ਦੇ ਲਈ ਸੀਰੀਅਸ ਨਹੀਂ ਹੈਗੇ। So if you work in your company part-time, what are you expecting to see? ਜੇ ਤੁਸੀਂ ਆਪਣੀ ਕੰਪਨੀ ਦੇ ਵਿੱਚ ਪਾਰਟ ਟਾਈਮ ਕੰਮ ਕਰਦੇ ਹੋ ਤਾਂ ਤੁਸੀਂ ਕੀ ਚੀਜ਼ ਦੀ ਉਮੀਦ ਰੱਖੋਗੇ ਉੱਥੇ ਪਾਉਣ ਦੇ ਲਈ? ਪਾਰਟ ਟਾਈਮ ਵੇਜਸ।
ਸਿਰਫ ਪਾਰਟ ਟਾਈਮ ਜੋ ਸੈਲਰੀ ਹੈ ਉਹ ਵਿਲ ਯੂ ਬੀ ਹੈਪੀ ਵਿਦ ਦੈਟ ਕੀ ਤੁਸੀਂ ਉਹ ਚੀਜ਼ ਨਾਲ ਖੁਸ਼ ਹੋ ਜਾਓ ਸੋ ਹਾਊ ਵੀ ਦੈਨ ਬਿਕਮ ਪਾਰਟ ਟਾਈਮ ਕ੍ਰਿਸਚੀਅਨਸ ਹਾਊ ਯੂ ਥਿੰਕ ਗੋਡ ਫੀਲਸ ਅਬਾਊਟ ਇਟ ਤੇ ਅਸੀਂ ਕਿਸ ਤਰ੍ਹਾਂ ਫਿਰ ਪਾਰਟ ਟਾਈਮ ਜੋ ਕ੍ਰਿਸਚੀਅਨ ਹੋ ਸਕਦੇ ਆ ਖੁਦਾਵੰਦ ਉਸ ਚੀਜ਼ ਨਾਲ ਕਿਵੇਂ ਖੁਸ਼ ਹੋ ਸਕਦਾ ਹੈ ਇਟ ਇਜ਼ ਵੈਰੀ ਇੰਪੋਰਟੈਂਟ ਟੂ ਡਿਸਪਲਿਨ ਯੋਰ ਲਾਈਫ ਇਹ ਬਹੁਤ ਜ਼ਰੂਰੀ ਹੈ ਆਪਣੇ ਆਪ ਦੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਲੈ ਕੇ ਆਉਣਾ ਇਫ ਯੂ ਸੇ ਆਮ ਗੋਇੰਗ ਟੂ ਚਰਚ ਐਟ 7:30 ਤੇ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਖੁਦਾਵੰਦ ਦੇ ਚਰਚ ਦੇ ਵਿੱਚ 7:30 ਜਾਵੋਗੇ ਬੀ ਦੇ ਬਿਫੋਰ ਦੈਟ ਤਾਂ ਤੁਸੀਂ ਉੱਥੇ ਉਸ ਤੋਂ ਪਹਿਲਾਂ ਹੋਣੇ ਚਾਹੀਦੇ ਹੋ ਹਾਊ ਵਾਸ ਟੂ ਮੀਟ ਯੂ ਸੇ ਆਈ ਸੈਡ ਆਈ ਵਾਸ ਗੋਇੰਗ ਟੂ ਮੀਟ ਵਰ ਨੋ ਗੋਇੰਗ ਟੂ ਮੀਟ ਯੂ ਆਊਟਸਾਈਡ ਐਟ 9:00 ਐਂਡ ਆਈ ਕਮ ਐਟ 11:00 ਹਾਊ ਆਰ ਯੂ ਗੋਇੰਗ ਟੂ ਫੀਲ ਤੇ ਜੇ ਮੈਂ ਸਪੋਜ਼ ਕਰੋ ਬ੍ਰਦਰ ਵਾਰਨ ਨੂੰ ਕਹਾ ਕਿ ਮੈਂ ਤੁਹਾਨੂੰ ਬਾਹਰ 9:00 ਮਿਲਾਂਗਾ ਤੇ ਮੈਂ ਉੱਥੇ 11:00 ਆਵਾਂ ਤਾਂ ਬ੍ਰਦਰ ਵਾਰਨ ਕਿਹੋ ਜਿਹਾ ਫੀਲ ਕਰਨਗੇ ਉੱਥੇ ਵਾਟ ਡਸ ਇਟ ਮੀਨ ਆਈ ਡਿਸਰਿਸਪੈਕਟ ਹਿਮ ਐਂਡ ਹਿਸ ਟਾਈਮ ਇਹਦਾ ਮਤਲਬ ਕੀ ਹੈ ਕਿ ਮੈਂ ਉਹਦੀ ਇੱਜ਼ਤ ਨਹੀਂ ਕਰ ਰਿਹਾ ਤੇ ਉਹਦੇ ਟਾਈਮ ਦੀ ਰਿਸਪੈਕਟ ਨਹੀਂ ਕਰ ਰਿਹਾ ਯੈਟ ਵੀ ਡੂ ਦੈਟ ਟੂ ਗੋਡ ਤਾਂ ਉਹ ਹਲੇ ਤੱਕ ਅਸੀਂ ਖੁਦਾਵੰਦ ਦੇ ਨਾਲ ਕਰ ਰਹੇ ਹਾਂ ਐਂਡ ਦੈਨ ਵੀ ਆਸਕ ਫਾਰ ਗਿਵ ਮੀ ਥਿਸ ਗਿਵ ਮੀ ਦੈਟ ਤੇ ਅਸੀਂ ਉਸ ਤੋਂ ਬਾਅਦ ਕੀ ਹੈ ਖੁਦਾਵੰਦ ਨੂੰ ਪੁੱਛਦੇ ਹਾਂ ਕਿ ਸਾਨੂੰ ਆਹ ਦੇ ਦੇ ਖੁਦਾਇਆ ਸਾਨੂੰ ਆਹ ਦੇ ਦੇ ਖੁਦਾਇਆ ਵੀ ਨੀਡ ਟੂ ਡਿਸਪਲਿਨ ਆਰਸੈਲਵਸ ਸਾਨੂੰ ਆਪਣੇ ਆਪ ਨੂੰ ਅਨੁਸ਼ਾਸਿਤ ਕਰਨ ਦੀ ਲੋੜ ਵਾਂਸ ਯੂ ਡਿਸਪਲਿਨ ਯੋਰਸੈਲਫ ਥਿੰਗਸ ਵਿਲ ਸਟਾਰਟ ਟੂ ਫਾਲੋ ਇਨ ਪਲੇਸ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਅਨੁਸ਼ਾਸਿਤ ਕਰਨਾ ਸ਼ੁਰੂ ਕਰ ਦਿੱਤਾ ਹਰ ਇੱਕ ਚੀਜ਼ ਆਪਣੇ ਆਪ ਨੂੰ ਆਪਣੀ ਆਪਣੀ ਜਗ੍ਹਾ ਤੇ ਆਉਣਾ ਸਟਾਰਟ ਹੋ ਜਾਵੇਗੀ ਬਿਕੋਜ਼ ਯੂ ਸੀ ਦਿਸ ਬੋਡੀ ਕੀ ਤੁਸੀਂ ਦੇਖ ਰਹੇ ਹੋ ਆ ਜੋ ਸਰੀਰ ਯੋਰ ਸਪਿਰਿਟ ਇਜ਼ ਸੇਮ ਸਪਿਰਿਟ ਇਜ਼ ਜੋ ਤੁਹਾਡੀ ਆਤਮਾ ਉਹ ਸੇਮ ਹੈ ਬਚਾਈ ਜਾ ਚੁੱਕੀ ਹੈ ਦ ਬੋਡੀ ਇਜ਼ ਨਾਟ ਸੇਮ ਪਰ ਤੁਹਾਡੀ ਜਿਹੜਾ ਤੁਹਾਡਾ ਜਿਹੜਾ ਸਰੀਰ ਹੈ ਉਹ ਨਹੀਂ ਬਚਾਇਆ ਗਿਆ ਨਾਓ ਯੂ ਨੀਡ ਟੂ ਬੀ ਇਨ ਕੰਟਰੋਲ ਆਫ ਯੋਰ ਬੋਡੀ ਹੁਣ ਤੁਹਾਨੂੰ ਕੀ ਚੀਜ਼ ਦੀ ਜ਼ਰੂਰਤ ਹੈ ਕਿ ਤੁਸੀਂ ਜੋ ਆਪਣਾ ਸਰੀਰ ਹੈ ਉਹਨੂੰ ਕੰਟਰੋਲ ਕਰੋ ਇਫ ਦ ਬੋਡੀ ਇਜ਼ ਇਨ ਕੰਟਰੋਲ ਆਫ ਯੂ ਜੇ ਤੁਹਾਡੀ ਜੋ ਤੁਹਾਡਾ ਸਰੀਰ ਹੈ ਜੇ ਤੁਹਾਡੇ ਕੰਟਰੋਲ ਦੇ ਵਿੱਚ ਹੋਵੇਗਾ ਨਹੀਂ ਹੋਵੇਗਾ ਸੌਰੀ ਤਾਂ ਤੁਸੀਂ ਇੱਕ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਹੋ ਕਿਉਂਕਿ ਤੁਹਾਡਾ ਸਰੀਰ ਤੁਹਾਨੂੰ ਕਦੇ ਕੁਛ ਵੀ ਕਹਿ ਸਕਦਾ ਕਿ ਉਹ ਆਹ ਚੀਜ਼ ਕਰਨਾ ਚਾਹੁੰਦਾ ਗਾ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕਹਿ ਸਕਦਾ ਉਹ ਤੁਹਾਨੂੰ ਕਹਿ ਸਕਦਾ ਚਰਚ ਨਾ ਜਾ ਬਾਈਬਲ ਨਾ ਪੜ ਪ੍ਰਾਰਥਨਾ ਕਰ ਆਹ ਨਾ ਕਰ ਆਹ ਖਾ ਨਾ ਆਹ ਖਾ ਲਾ ਉਹ ਬੜਾ ਕੁਛ ਕਰ ਸਕਦਾ ਐਂਡ ਇਟ ਲੀਡਸ ਟੂ ਸਿਨ ਤੇ ਇਹ ਤੁਹਾਨੂੰ ਪਾਪ ਦੇ ਵੱਲ ਲੈ ਜਾਵੇਗਾ ਇਫ ਯੂ ਲਰਨ ਟੂ ਕੰਟਰੋਲ ਇਟ ਜੇ ਤੁਸੀਂ ਇਸ ਨੂੰ ਕੰਟਰੋਲ ਕਰਨਾ ਸਿੱਖਦੇ ਹੋ ਸਿਨ ਵਿਲ ਬੀ ਕੈਪਟ ਅਵੇ ਟੂ ਅਵੇ ਤਾਂ ਜੋ ਪਾਪ ਹੈ ਉਹ ਥੋੜੀ ਦੂਰ ਦੂਰੀ ਤੇ ਰਹੇਗਾ ਕਿਉਂਕਿ ਤੁਸੀਂ ਸਿੱਖ ਚੁੱਕੇ ਹੋ ਕਿ ਤੁਹਾਡੇ ਸਰੀਰ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ ਹੈ ਲੋਟ ਆਫ ਟਾਈਮਸ ਪੀਪਲ ਟੇਕ ਇਟ ਫॉर ਗ੍ਰਾਂਟਡ ਟੇਕ ਇਟ ਫॉर ਗ੍ਰਾਂਟਡ ਟੇਕ ਇਟ ਈਜ਼ੀ ਹਾਂ ਕੁਝ ਲੋਕ ਹੈ ਇਹਨੂੰ ਬਹੁਤ ਈਜ਼ੀ ਲੈਂਦੇ ਸੀਰੀਅਸ ਨਹੀਂ ਲੈਂਦੇਗੇ ਵਾਟਐਵਰ ਯੂ ਡੂ ਤੁਸੀਂ ਕੁਝ ਵੀ ਕਰਦੇ ਹੋ देयर इज अ ਟਾਈਮ ਐਂਡ ਅ ਪਲੇਸ ਫॉर एवरीथिंग ਤੇ ਉੱਥੇ ਹਰ ਇੱਕ ਚੀਜ਼ ਦੇ ਲਈ ਸਮਾਂ ਤੇ ਜਗ੍ਹਾ ਵੀ ਜਸਟ ਫॉर एग्जांपल ਨਾਊ ਆਈ ਐਮ ਟਾਕਿੰਗ ਇਸ ਟ੍ਰਾਂਸਲੇਟਿੰਗ ਮਾਈ ਵਾਟ ਆਈ ਐਮ ਸੇਇੰਗ ਤੇ ਇੱਥੇ